हाँ जी बापू जी, कितों आए जी ती? राहां जट्टां। केड़ा एरिया है? हुशियारपुर। अच्छा, की तकलीफ सी थोड़ी अज? सिर नूं जांदा सीगा। अच्छा, तो जिहड़ा अज ट्रीटमेंट होया हुण, इस तों बाद तुहानूं किन्ना क फर्क पिया? ਮੈਨੂੰ ਤਾਂ ਜੀ ਮਤਲਬ ਕਾਫੀ ਫਰਕ ਪਿਆ। ਅੱਛਾ, ਕਿੰਨਾ ਕ? ਕਾਫੀ ਦਾ ਚੌਥਾ ਹਿੱਸਾ ਫਰਕ ਹੈ। ਚੌਥੇ ਹਿੱਸੇ ਦਾ ਫਰਕ ਹੈ। ਤੁਹਾਡੀ ਕੀ ਪ੍ਰੋਬਲਮ ਸੀਗੀ? ਵਾਹ, ਤਾਂ ਮੇਰੀ ਜਾਂਦੀ ਨਾ ਸੀ ਜੀ, ਇੱਕ ਮਤਲਬ ਚਲਾ ਲਓ ਵੇਖ ਕੇ ਹੁੰਦਾ ਵੀ, ਮੈਂ ਕਹਿੰਦਾ ਇਹਨਾਂ ਭਾਰ ਮੈਂ ਚੱਕ ਨਹੀਂ ਸਕਦਾ। ਹਾਂ, ਅੱਜ ਦੀ ਕੀ ਹੁਣ ਦੀ ਕੀ ਕੰਡੀਸ਼ਨ ਹੈ? 2 ਕਿਲੋ ਭਾਰ ਮੈਨੂੰ ਚੱਕਣਾ ਔਖਾ ਸੀ, ਤਾਂ ਕਹਿੰਦੇ ਐਸੀ ਬਾਹਾਂ ਚੱਕੀ ਜਾਂਦਾ। ਤੇ ਹੁਣ ਮੇਰੀ ਬਾਹਾਂ ਗਾਹਾਂ ਕਹਾਂ ਜਾਂਦੀ ਆ, ਜੇ ਦਰਦ ਹੈਗੀ ਹੋ ਜੇ ਜਾਂਦੀ ਆ, ਕਿੰਨੀ ਚੱਕੀ ਜਾਂਦੀ ਆ? ਜਾਂਦੀ ਆ ਤਾਂ ਬਾਹਾਂ, ਪਹਿਲਾਂ ਬਾਹਾਂ ਵੀ ਕੰਮਦੀ ਸੀ ਨਾ। ਯਾਨੀ ਹੁਣ ਇੰਨਾ ਲੱਗਦਾ ਵੀ ਮੇਰੀ ਬਾਹਾਂ 'ਚ ਜਾਨ ਹੈਗੀ। ਅੱਛਾ, ਹੁਣ ਬਾਹਾਂ 'ਚ ਜਾਨ ਪੈ ਗਈ? ਜਾਨ ਲੱਗਦੀ ਹੈ ਵੀ ਮੇਰੇ ਹੁਣ ਜਾਨ ਆ ਰਹੀ ਹੈ। ਠੀਕ ਹੈ, ਬਾਹਾਂ ਇੱਕਦਮ ਮੈਂ ਅੱਗੇ ਉੱਤੇ ਖੜੀ ਵੀ ਨਹੀਂ ਕਰ ਸਕਦਾ। ਠੀਕ ਹੈ, ਠੀਕ ਹੈ। ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮਾਂ ਨੇ ਇਦਾਂ ਦੀਆਂ, ਤੁਸੀਂ ਉਹਨਾਂ ਨੂੰ ਕੀ ਰਾਏ ਦੇਣੀ ਚਾਹੁੰਦੇ ਹੋ? ਇਹ ਤਾਂ ਕਹਿੰਦੇ ਯਾਰ ਇਹ ਭਲਾ ਕਰਦੇ ਤੁਸੀਂ, ਬਹੁਤ ਜ਼ਿਆਦਾ ਇਦਾਂ ਦਾ ਭਲਾ ਹੋ ਗਿਆ। ਮੈਨੂੰ ਸਾਰੇ ਨੇ ਜਵਾਬ ਦਿੱਤਾ ਹੈ। ਨਹੀਂ, ਕਿੱਥੇ ਕਿੱਥੇ ਤੱਕ ਤੁਸੀਂ ਕਿੱਥੋਂ ਟ੍ਰੀਟਮੈਂਟ ਲਿਆ ਹੁਣ ਤੱਕ ਦਾ? ਜੰਮੂ ਤੋਂ ਵੀ ਲਏ ਆ, ਧਰਮ ਸ਼ਬਦ ਤੋਂ ਵੀ ਲਏ ਆ। ਯਾਨੀ ਜੀ ਕਿਸੇ ਨੇ ਮੈਨੂੰ ਤੁਹਾਨੂੰ ਪ੍ਰੋਬਲਮ ਦੱਸੀ ਦੀ ਵੀ, ਕਿਸੇ ਨੇ ਵੀ ਕੀ ਪ੍ਰੋਬਲਮ ਕੀ ਹੈ? ਮੈਂ ਤਾਂ ਇਹ ਕਹਿੰਦੇ ਆ ਤੇਰਾ ਹੰਸ ਉਤਰਿਆ ਆ, ਪਸੜੇ ਅੰਦਰ ਪਈਆਂ ਆ। ਹੰਸ ਦੇ ਵਿੱਚ ਤਾਂ ਤੁਹਾਡੇ ਕੋਈ ਪ੍ਰੋਬਲਮ ਨਹੀਂ ਸੀਗੀ, ਤੁਹਾਡੇ ਦਾ ਇਹ ਜੋੜ ਨਾ, ਮੋਢੇ ਵਾਲਾ ਜੋੜ ਆ ਜਿਹੜਾ, ਇਹ ਨੀਚੇ ਕਿਹਦੇ ਆਇਆ ਸੀ? ਹਾਂ, ਤੇ ਪਹਿਲਾਂ ਬਾਹ ਕਿੱਥੇ ਜਾਂਦੀ ਸੀ, ਹੁਣ ਬਾਹ ਕਿੱਥੇ ਜਾਂਦੀ ਹੈ? ਪਹਿਲਾਂ ਜਦੋਂ ਆਏ ਸੀ ਤੁਸੀਂ, ਬਾਹ ਉੱਪਰ ਜਾ ਕੇ ਦਿਖਾਓ ਬਾਪੂ ਜੀ। ਪਹਿਲਾਂ ਬਾਹ ਕੰਬਦੀ ਸੀ ਨਾ? ਉਹ ਕਮਰੋਂ ਹਟ ਗਈ। ਕਮਰੋਂ ਹਟ ਗਈ ਨਾ? ਕਮਰੋਂ ਹਟ ਗਈ, ਦਰਦ ਹੈਗੀ ਆ, ਦਰਦ ਹੈਗੀ ਆ, ਕਮਰੋਂ ਹਟ ਗਈ। ਦਰਦ ਤਾਂ ਫਿਰ ਅੱਜ ਪਹਿਲਾਂ ਟ੍ਰੀਟਮੈਂਟ ਤੁਹਾਨੂੰ ਦਿੱਤਾ ਨਾ ਸੀ? ਇੰਨਾ ਲੱਗਦਾ ਮੇਰੀ ਬਾਹ ਅੱਜ ਹੈਗੀ ਆ। ਹੈਗੀ ਇਹਦੇ ਮਾਰ ਕੇ ਰਹਿੰਦਾ। ਚਲੋ, ਕੀ ਨਾਂ ਕੀ ਆ ਤੁਹਾਡਾ? ਨਿਰਮਲ ਸਿੰਘ। ਨਿਰਮਲ ਸਿੰਘ, ਇੱਥੋਂ ਹੁਸ਼ਿਆਰਪੁਰ ਤੋਂ? ਹੁਸ਼ਿਆਰਪੁਰ ਲੱਗ ਕੇ ਜਾਈ ਨਾਲੇ। ਠੀਕ ਹੈ, ਠੀਕ। ਪਰਿਵਾਰ ਇਹਦਾ ਹੁਸ਼ਿਆਰਪੁਰ ਦੇ ਵਿਚਾਲੇ ਆਏ ਆ। ਓਕੇ ਜੀ, ਓਕੇ ਓਕੇ।